दा विरोध करन दे लई इत्थे आए आ, क्योंकि उहने बयान दित्ता सी कि 500-700 बंदा तैयार कर लो, लठ चक्को, जिथे किसान पहुंचदे ने उत्थे तुसीं पहुंचो। खट्टर साहब अज तुसीं इत्थे आउणा, प्रोग्राम कैंसल ना करिओ, असीं वी पूरी तैयारी दे विच आए होए आ। रात पता लग्या आपां तां इहनूं पंजाब 'च पैर नहीं धरन देना, इहनां दा विरोध आपां उन्ना चिर करना ही है। फिर इह पंजाब दे प्रोग्राम क्यों रखदे आ, इहदा मतलब है किसानी दे जख्मां ते लूण छिड़कण वास्ते आ रहे। जे साडा इक्को इक निशाना है वी राजनाथ नूं जां हरियाणे दी खच्चर नूं इत्थे नहीं आउण देणा सी। तुसी देख सकते हो लाइव तस्वीरां चंडीगढ़ यूनिवर्सिटी जिथे कि भाजपा के लीडर का विरोध करने के लिए वख वख किसान जथेबंदियां पहुंच रही हैं। तुसी देख सकते हो लाइव तस्वीरां चंडीगढ़ यूनिवर्सिटी तो जिथे कि भाजपा के लीडर का विरोध करने के लिए वख वख जथेबंदियां पहुंच रही हैं। देख सकते तुसी देख सकते हो लाइव तस्वीर जिथे कि किसान जथेबंदियों वालों चंडीगढ़ यूनिवर्सिटी का गेट पटने की कोशिश की जा रही है और पुलिस भी पूरी तैनात की हुई है। देख सकते हो लाइव तस्वीर। ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਪਹੁੰਚ ਰਹੀਆਂ, ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ। ਮੇਰਾ ਪੰਜਾਬ ਨਿਊਜ਼ ਤੋਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਸਿੱਧੀਆਂ ਲਾਈਵ ਤਸਵੀਰਾਂ। ਦੇਖ ਸਕਦੇ ਹੋ ਕਿ ਇਹ ਤਸਵੀਰਾਂ ਗੇਟ ਦੇ ਬਾਹਰ ਨੇ, ਹਜ਼ਾਰਾਂ ਕਿਸਾਨ ਇੱਥੇ ਪਹੁੰਚੇ ਨੇ ਵੋਟ ਕਰਨ ਦੇ ਲਈ ਔਰ ਅੰਦਰ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ। ਫੋਰਸ ਇੱਥੇ ਤਾਇਨਾਤ ਹੈ ਔਰ ਕਿਸਾਨ ਆਪਣੀ ਜਿੱਤ ਕਰੇ ਹੋਏ ਨੇ ਅੰਦਰ ਜਾਣ ਦੇ ਲਈ ਔਰ ਹੱਥਾਂ 'ਚ ਕਿਸਾਨੀ ਝੰਡੇ ਲੈ ਕੇ ਕਿਸਾਨ ਇੱਥੇ ਪਹੁੰਚੇ ਨੇ ਵੱਡੀ ਗਿਣਤੀ ਵਿੱਚ। ਬੀਬੀਆਂ ਵੀ ਇਸ ਸ਼ਾਮਲ ਹੋਈਆਂ ਨੇ। ਤਸਵੀਰਾਂ ਦੇਖ ਸਕਦੇ ਹੋ, ਤਸਵੀਰਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਬਾਹਰ ਦੀਆਂ ਨੇ। ਕਿਸਾਨ ਲਗਾਤਾਰ ਅੰਦਰ ਜਾਣ ਦੀ ਜਿੱਤ ਅੜੇ ਹੋਏ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇੱਥੇ ਖੱਟਣ ਦਾ ਜਾ ਰਹੀ ਹੈ ਪਰ ਅੰਦਰਲੇ ਪਾਸੇ ਭਾਰੀ ਮਾਤਰਾ ਦੇ ਵਿੱਚ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ। ਤਸਵੀਰਾਂ ਦੇਖ ਸਕਦੇ ਹੋ ਕਿ ਗੇਟ ਨੂੰ ਭੰਨ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਿਸਾਨ ਲਗਾਤਾਰ ਕੋਸ਼ਿਸ਼ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਗੇਟ ਤੋੜਿਆ ਗਿਆ, ਵੱਡੀ ਮਾਤਰਾ ਦੇ ਵਿੱਚ ਕਿਸਾਨ ਪਹੁੰਚੇ ਹੋਏ ਆ। ਦੇਖ ਸਕਦੇ ਹੋ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਲਾਈਵ ਤਸਵੀਰਾਂ ਜਿੱਥੇ ਕਿ ਪੁਲਿਸ ਅਧਿਕਾਰੀਆਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਗੇਟ ਨੂੰ ਰੋਕਣ ਦੀ ਪਰ ਨਹੀਂ ਰੋਕਿਆ ਗਿਆ। ਕਿਸਾਨਾਂ ਨੇ ਗੇਟ ਪੱਟ ਕੇ ਯੂਨੀਵਰਸਿਟੀ ਦੇ ਅੰਦਰ ਹੱਲਾ ਬੋਲ ਦਿੱਤਾ ਹੈ। ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ।
ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਪਹੁੰਚ ਰਹੇ ਹੈ। ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਿੱਥੇ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂਆਂ ਦੇ ਵਿੱਚ ਕਿਸਾਨ ਅੰਦਰ ਪਹੁੰਚ ਚੁੱਕੇ ਆ। ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਪੰਜਾਬ 'ਚ ਆ ਗਿਆ ਇਹਦੀ ਇੰਨੀ ਜੁੱਟ ਪਾੜ ਦੇਵੇ ਸਾਡੇ ਨੂੰ, ਸਾਡਾ ਜੱਡੇ ਮਾਰੂਗਾ, ਕਹਿੰਦਾ ਲੱਠ ਕਰਨਾ ਤਿਆਰ, ਹਜ਼ਾਰ ਹਜ਼ਾਰ ਗੁੰਡਿਆਂ ਦੀ ਇੰਨੀ ਜੁੱਟ, ਇਹ ਕਾਂਗਰਸੀ ਇੱਥੇ ਅਕਾਲੀਆਂ ਨੇ ਰਲ ਕੇ ਵਾੜੇ ਆ, ਸਾਡੇ ਪੰਜਾਬ 'ਚ ਆ ਗਿਆ ਭੈਣ ਚੋਰ। ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਚੰਡੀਗੜ੍ਹ ਯੂਨੀਵਰਸਿਟੀ 'ਚੋਂ ਜਿੱਥੇ ਕਿ ਕਿਸਾਨਾਂ ਵੱਲੋਂ ਯੂਨੀਵਰਸਿਟੀ ਦੇ ਅੰਦਰ ਹੱਲਾ ਬੋਲ ਦਿੱਤਾ ਹੈ। ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਤੋਂ। ਕੋਈ ਮੰਤਰੀ ਨਹੀਂ ਆ ਰਿਹਾ, ਤੁਸੀਂ ਬੁਲਾਉਂਦੇ ਹੋ, ਹੁਣ ਬੁਲਾਉਂਦੇ ਬੁਲਾਉਂਦੇ ਸੀ, ਪ੍ਰੋਗਰਾਮ ਹੀ ਕਿਉਂ ਲਿਖਿਆ ਤੁਸੀਂ ਤਾਂ ਉਹਨਾਂ ਨੂੰ? ਪ੍ਰੋਗਰਾਮ ਸੀਗਾ ਹੀ ਨਹੀਂ, ਰੋਟੀ ਤਾਂ ਸਾਰੇ ਖਾਂਦੇ ਨੇ ਜੀ, ਰੋਟੀ ਸਾਰੇ ਹੀ ਖਾਂਦੇ ਚੰਡੀਗੜ੍ਹ ਯੂਨੀਵਰਸਿਟੀ ਮੁੱਦਾ ਤੁਸੀਂ ਕਿਤੇ ਬਿਠਾਨਾ ਦਿੰਦੇ ਹੋ ਬਾਹਰ ਨੂੰ ਜਾਂਦੀਆਂ ਤੁਹਾਡੀਆਂ, ਸਾਡੀ ਜ਼ਮੀਨ, ਸਾਡਾ ਇਲਾਕਾ, ਪੰਜਾਬ ਦਾ ਇਲਾਕਾ ਸਤਨਾਮ ਸਿੰਘ ਸੰਧੂ ਜੇ ਦਊਗਾ ਬੀਜੇਪੀ ਵਾਲੇ ਨੂੰ, ਅਸੀਂ ਨਹੀਂ ਬਰਦਾਸ਼ਤ ਕਰਾਂਗੇ, ਅਸੀਂ ਪੱਕੇ ਤੋਂ ਪੂਲਾ ਵਾਂਗੇ ਸੀਯੂ ਯੂਨੀਵਰਸਿਟੀ ਦੇ ਮੂਹਰੇ ਕੈਂਪਸ ਹਰ ਇੱਕ ਦਿਨ ਵੀ ਚੱਲਣੀ ਦਰਾ ਜਾ ਰਹੀ ਹੈ। ਵਿਦਿਆਰਥੀ ਕਹਿ ਰਹੇ ਨੇ ਕਿ ਸਾਨੂੰ ਸਿਕਿਉਰਿਟੀ ਫੋਰਸ ਲੱਗੀ ਨਹੀਂ ਆ ਰਿਹਾ ਬਾਬਾ ਜੀ, ਸਾਨੂੰ ਸਮਝਾਓ ਇੱਕ ਮਿੰਟ, ਅਸੀਂ ਛੱਡ ਦੋ ਇਹ ਬੰਦੇ ਆ ਰਹੇ ਆ ਤੇ ਕਿਉਂ ਲੱਗਾ ਕਿ ਨਹੀਂ ਆ ਰਹੇ ਗੱਲ।
ਜੀ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਆਪਾਂ ਤੁਹਾਡੇ ਨਾਲ ਜੋ ਤੁਸੀਂ ਕਹਿੰਦੇ ਆਪਾਂ ਸਾਰੇ ਬੈਠ ਕੇ ਤੁਹਾਡੇ ਨਾਲ ਇੱਕ ਇੱਕ ਜਿਹੜਾ ਜਿਹੜਾ ਪਾਣੀ ਸਾਡੇ ਤੋਂ ਜਿਹੜਾ ਬਾਈ ਜੀ ਸੁਣੋ ਮੇਰੀ ਗੱਲ ਆ ਬਾਈ ਜੀ ਸੁਣੋ ਬਾਈ ਜੀ ਸੁਣੋ ਮੇਰੀ ਗੱਲ ਸੁਣੋ ਜੇਕਰ ਤੁਹਾਡੀ ਕੋਈ ਕਨਫਿਊਜ਼ਨ ਹੈਗੀ ਹੈ ਬਾਈ ਕਨਫਿਊਜ਼ਨ ਕੋਈ ਨਹੀਂ ਹੈ ਇਹ ਗੱਲ ਸਿਨਾਰੀ ਤੁਸੀਂ ਵਿਸ਼ਵਾਸ ਦਿੰਦੇ ਹੋ ਕਹਿੰਦਾ ਜੀ ਪਾਣੀ ਨਹੀਂ ਆਣਾ ਮੈਂ ਬੜੀ ਤੁਸੀਂ 100% ਕੋਈ ਨਹੀਂ ਆ ਰਿਹਾ ਹੈ ਵੀ ਪਹਿਲਾਂ ਸੁਣੋ ਕੋਈ ਨਹੀਂ ਇਹ ਇੱਕ ਗੱਲ ਸੁਣੋ ਇਹ ਮੇਰੀ ਗੱਲ ਤੁਸੀਂ ਕੀ ਜੇਕਰ ਕਿਉਂ ਗੱਲ ਕਰ ਰਹੇ ਹੋ चंडीगढ़ यूनिवर्सिटी तो तुम सीधिया दिखवा रहे हैं देख सकते हो तो यूनिवर्सिटी बंद करवाएंगे क्यों इन्होंने इतने लिया उन्होंने बीजेपी वाले अपनी जमीन सतनाम सिंह ने क्यों दी राजनीति करो किसानों के खिलाफ है यूनिवर्सिटी के खिलाफ है यूनिवर्सिटी इन्हू नहीं चलन देवे जिन्ना चलो माफी नहीं मंगता सो देख सकते हो तुम लाइव तस्वीर जिथे की पूरा किसान जथेबंदियों का रोष है जो तुम देख सकते हो सतनाम सिंह संधू ने बीजेपी राजनीति वास्ते जमीन दी है इतने उन्हें अपना प्रोग्राम कराया बीजेपी का खट्टर नूं बुला रहा राजनाथ नूं बुला रहा होर किसी नूं बुला रहा असी नहीं आउण देवांगे पता नहीं पंजाब का जिहड़ा मर्जी आ जावे अज कोई भी आवे असीं नहीं चल गल कर देंगे जिन्ना चिर साडे कानून रिपील नहीं हुंदे साडी एम एस पी दे कानून नहीं बन जांदा सतनाम सिंह नूं साडा 760 बंदा शहीद होया वा दिखदा नहीं किसान उहनूं शर्म आनी चाहीदी है सतनाम सिंह नूं भी इत्थे इत्थे क्यों दे रहा है जमीन इन्हां नूं लोकां नूं जब साडे बच्चे पढ़ते हैं उरे साडे बच्चों के फीसा साडे बच्चे उरे पढ़ते हैं फीसा इहदा सारा यूनिवर्सिटी साडे सिर ते चल रहा है भीखा मंग मंग के पैसे इकट्ठे करता है इहनूं शर्म नहीं हैगी पंजाब का माहौल खराब करन लगे माहौल खराब हो रहा है उरे बीजेपी का कोई भी लीडर हो किसानों के हक च नहीं बोलूगा मजदूरों के हक च नहीं बोलूगा पार्टी कोई भी हो अंदर नहीं बढ़न देंगे इलेक्शन च जितन नहीं देंगे अपनी पूरी बाह ला देंगे हूँ हाल देख लिया इन्हें ममता के उत्ते हाल देख लिया क्या कर सारे ने मुँह तो मुख खाइए ना थुक चकना चटना पिया उ असी कहने भी साड़ी इज्जत का सवाल है ना असी उरे मोदी नू ना राजनाथ नू ना असी खट्टर नू ना भाजपा का साड़ी जमीर जागती है असी भाजपा भी तो जिन्होंने काले कानून लेने असी उन्होंने पूरा विरोध करते हैं तो करते रहोंगे असी उन्होंने इतने कोई भी जहाजा कोई भी चीज़ किसी शामिल नहीं हो दूंगे चाहे साड़ा कुछ भी हो जाए तो तुम देख सकते हो लाइव तस्वीर जिथे कि भाजपा के जो लीडर ने यूनिवर्सिटी के आना सगा उन्होंने विरोध किया जा रहा है तो पुलिस भी पूरी तैनात की गई है देख सकते हो लाइव तस्वीर देख सकते हो लाइव तस्वीर देखियो तुसी जो भी किसान इत्थे पहुंचे हो कहिंदे असीं पूरा विरोध करांगे जेकर कोई भी लीडर आ रहा है पुराना यार मैंने कहूंगा
देख सकते हो लाइव तस्वीर देख सकते हो लाइव तस्वीर वालों बहुत किया जा रहा है चंडीगढ़ यूनिवर्सिटी से मैं तुम दिखा रहा लाइव तस्वीर देख सकते हो ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਜਿੱਥੇ ਕਿ ਕਿਸਾਨਾਂ ਵੱਲੋਂ ਯੂਨੀਵਰਸਿਟੀ ਦੇ ਵਿੱਚ ਭਾਜਪਾ ਦੇ ਲੀਡਰਾਂ ਦੇ ਆਉਣ 'ਤੇ ਪੂਰਾ ਵਿਰੋਧ ਕੀਤਾ ਜਾ ਰਿਹਾ ਲਾਈਵ ਤਸਵੀਰਾਂ ਦਿਖਾ ਰਿਹਾ ਮੈਂ ਤੁਹਾਨੂੰ ਚੰਡੀਗੜ੍ਹ ਯੂਨੀਵਰਸਿਟੀ 'ਚੋਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਜਿੱਥੇ ਕਿ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਬੀਜੇਪੀ ਦੇ ਲੀਡਰਾਂ ਦਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਜਾਏਗਾ